ਮੈਂ ਰਤਲ ਦੇ ਕੇ ਮੰਡੀ ਬਾਵਲਦੀਨ ਮੰਗੜ ਪਿੰਡ ਤੋਂ ਮੈਂ ਇੱਕ ਮੰਗੜ ਪਿੰਡ ਦਾ ਰਹਿਣ ਵਾਲਾ ਤੇ ਮੇਰੇ ਅੱਬੂ ਦਾ ਨਾਮ ਮੁਹੰਮਦ ਸਰਵਰ ਕੰਬੋ ਮੇਰੀ 14.5 ਸਾਲ ਉਮਰ ਸੀ ਤੇ ਮੈਂ ਇੱਥੇ ਪਾਕਿਸਤਾਨ ਦੇ ਵਿੱਚ ਸਾਰੇ ਹਾਲਾਤ ਵੇਖ ਕੇ ਤੇ ਸੋਚਿਆ ਸੀ ਕਿ ਜਿਹੜਾ ਨਹੀਂ ਪਾਕਿਸਤਾਨ ਦੇ ਵਿੱਚ ਰਹਿਣਾ ਮੁਸ਼ਕਲ ਹੈ ਇੱਥੇ ਰੋਜ਼ਗਾਰ ਕੋਈ ਨਹੀਂ ਤੇ ਮੈਂ ਫਿਰ ਜਿਹੜਾ ਨਹੀਂ ਡੰਕੀ ਲਗਾਈ ਇੱਥੋਂ ਮੈਂ ਪਹਿਲਾਂ ਗਿਆ ਈਰਾਨ ਈਰਾਨ ਤੋਂ ਤੁਰਕੀ ਈਰਾਨ ਦੇ ਵਿੱਚ ਤਕਰੀਬਨ 10 ਦਿਨ ਲੱਗਦੇ ਨੇ ਜਿਹੜਾ ਨਹੀਂ ਤੁਰਕੀ ਜਾਣ ਲੱਗਿਆ ਬਹੁਤ ਮੁਸ਼ਕਲ ਸੀ ਜਿਹੜਾ ਨੇ ਕਾਰਾਂ ਦੀਆਂ ਡਿੱਕੀਆਂ ਵਿੱਚ ਉਸ ਤੋਂ ਬਾਅਦ ਡਾਲਿਆਂ ਵਿੱਚ ਗੱਡੀਆਂ ਵਿੱਚ ਛੋਟੀ ਜਿਹੀ ਗੱਡੀ ਹੁੰਦੀ ਉਹਦੇ ਵਿੱਚ 15-20 ਬੰਦੇ ਵਾਰ ਦੇਣ ਤੋੜ ਈਰਾਨ ਤੱਕ ਜਿਹੜਾ ਨਹੀਂ ਮੌਤ ਦਾ ਸਫ਼ਰ ਹੁੰਦਾ ਸਾਰਾ ਜਿਹੜਾ ਨਹੀਂ ਇੱਕ ਡਿੱਕ ਕਾਰ ਦੀ ਡਿੱਕੀ ਵਿੱਚ ਚਾਰ ਬੰਦੇ ਜਿਹੜਾ ਨਹੀਂ ਵਾਰ ਦੇਣ ਉਸ ਤੋਂ ਬਾਅਦ ਅੱਗੇ ਡਾਲਿਆਂ ਦਾ ਸਫ਼ਰ ਆ ਜਾਂਦਾ ਪਹਾੜੀ ਢੂਚੀ ਹੁੰਦੀ ਹੈ ਜਿਹੜਾ ਨਹੀਂ ਉੰਜੀ ਬੰਦਾ ਉੱਤੋਂ ਥੱਲੇ ਦੇਖੇ ਤੇ ਜਿਹੜਾ ਨਹੀਂ ਹੁੰਦਾ ਖੋਫ ਨਾਲ ਮਰ ਜਾਂਦਾ ਤੁਰਕੀ ਦੀ ਜਿਹੜੀ ਈਰਾਨ ਦੀ ਪਹਾੜੀ ਹੈ ਨਾ ਤੁਰਕੀ ਜਾਨ ਲਗਿਆ ਮਾਕੋ ਪਾੜੀ ਉਹਦਾ ਨਾਮ ਹੈ ਉਹ ਇੰਨੀ ਕੁਚੀ ਜਿਹੜਾ ਨਹੀਂ ਥੱਲੇ ਉਹ ਚੀਜ਼ ਦੀ ਨਜ਼ਰ ਕੋ ਨਹੀਂ ਆਉਂਦੀ ਆ ਉਹਦੇ ਉੱਤੇ ਸਾਫ਼ ਜ਼ੈਨ ਆ ਰਿਹਾ ਕਿ ਮੌਤ ਦਾ ਇੱਕ ਜਿਹੜਾ ਨਹੀਂ ਸਫਰ ਸਾਰਾ ਪੈਦਲ ਸਾਰੀ ਰਾਤ ਲੱਗਦੀ ਉੱਤੇ ਚੜਦੇ ਆ ਫਿਰ ਉਸ ਤੋਂ ਬਾਅਦ ਸਾਰੀ ਦਿਨ ਲੱਗਦਾ ਜਿਹੜਾ ਨਹੀਂ ਉਤਰਦੇ ਨਹੀਂ ਆਪਣੀ ਅੱਖਾਂ ਨਾਲ ਤੇ ਕੋਈ ਨਹੀਂ ਵੇਖੀਆਂ ਵੈਸਤੇ ਜਿਹੜਾ ਨਹੀਂ ਸੁਨਿਆ ਹੈ ਕਿ ਜਿਹੜੇ ਰਾਸਤੇ ਵੀ ਬੜੇ ਲੋਕ ਮਰਦਾਂ ਬਰਲ ਮੈਂ ਕੋ ਨਹੀਂ ਦੇਖਿਆ ਕਦੀ ਵੈਸੇ ਹੈ ਰਾਸਤਾ ਬਹੁਤ ਮੁਸ਼ਕਲ ਹੈ ਸਾਫ ਜਿਹੜਾ ਨਹੀਂ ਨਜ਼ਰ ਆਂਦਾ ਕਿ ਮੌਤ ਦਾ ਇੱਕ ਜਿਹੜਾ ਨਹੀਂ ਹੈ ਸਫਰ ਹੈ ਈਰਾਨ ਤੋਂ ਤੁਰਕੀ ਦਾ ਦੇਨ ਤਕਰੀਬਨ 3-4 ਦਿਨ ਲੱਗਦੇ ਨੇ ਈਰਾਨ ਤੋਂ ਤੁਰਕੀ ਜਾਂਦੇ ਆ ਉੱਥੇ ਵੀ ਇਸਤਕਬਾਲ ਇਸ ਤਰ੍ਹਾਂ ਹੀ ਹੋਇਆ ਕਿ ਉੱਥੇ ਵੀ ਜੈਂਟ ਹੁੰਦੇ ਨੇ ਜਿਹੜਾ ਨਹੀਂ ਉਹ ਜਾਣਦੇ ਆ ਸਾਰ ਬੰਦੇ ਅੱਪਰ ਤੁਰਕੀ ਅੱਪਰ ਦਾ ਜਾਣਦੇ ਉਹਨਾਂ ਡੱਕ ਲੈਂਦੇ ਨੇ ਡੱਕ ਕੇ ਫਿਰ ਉਹਨਾਂ ਜਿਹੜਾ ਨਹੀਂ ਪੈਸੇ ਲੈਣੇ ਹੁੰਦੇ ਨੇ ਪਾਕਿਸਤਾਨੀ ਪੈਸੇ ਇੱਕ ਸੇਫ ਜੀ ਹੁੰਦੀ ਜਿਹੜਾ ਨਹੀਂ ਤਕਰੀਬਨ ਜਿਸ ਤਰ੍ਹਾਂ ਦੇ ਇੱਥੇ ਸਾਡੇ ਡੇਰੇ ਨਹੀਂ ਹੁੰਦੇ ਵੱਜਾਂ ਲੈ ਇਸ ਤਰ੍ਹਾਂ ਦਾ ਜਿਹੜਾ ਨਹੀਂ ਸੇਫ ਹੁੰਦੀ ਤੇ ਉੱਥੇ 50 60 ਬੰਦਾ ਸੋ ਬੰਦਾ ਜਿਹੜਾ ਨਹੀਂ ਸੇਫ ਵਿੱਚ ਲੈਂਦੇ ਨੇ ਹਾਂਜੀ ਉਹਨਾਂ ਨੂੰ ਪੈਸੇ ਦੇਣੇ ਹੁੰਦੇ ਨੇ ਪਹਿਲਾਂ ਤੁਰਕੀ ਪਹੁੰਚ ਕੇ ਕਿ ਜਿਹੜਾ ਪਾਕਿਸਤਾਨ ਤੋਂ ਲੱਗ ਤੁਰਕੀ ਤੱਕ ਸਫ਼ਰ ਕਰੀ ਦਾਣਾ ਉਹਦੇ ਪੈਸੇ ਉੱਥੇ ਦੇਣੇ ਹੁੰਦੇ ਨੇ ਦੋਗੋ ਬਿਆਦ ਸ਼ਹਿਰ ਹੈ ਤੁਰਕੀ ਦਾ ਤੇ ਉੱਥੋਂ ਫਿਰ ਜਿਹੜਾ ਨਹੀਂ ਉਹ ਅੱਗੇ ਡਾਵਤ ਬੰਦ ਨੇ ਇਸਤੰਬੋਲ ਜਾਣਾ ਦੇ ਲਈ ਯੂਨਾਨ ਮੈਂ ਨਹੀਂ ਗਿਆ ਮੈਂ ਉੱਥੋਂ ਫਿਰ ਇਟਲੀ ਗਿਆ ਡਾਇਰੈਕਟ ਜਿਹੜਾ ਨਹੀਂ ਤਕਰੀਬਨ ਉੱਥੇ ਮੈਂ ਪਹਿਲਾਂ ਦੋ ਤਿੰਨ ਦਫਾ ਜਿਹੜਾ ਨੇ ਨਿਕਲਿਆ ਸਾਂ ਤੇ ਇਸ ਮੰਦਰ ਵਿੱਚ ਫੜੀ ਜਾਂਦਾ ਸਾਂ ਸ਼ੇਪ ਦੇ ਵਿੱਚ ਹਾਂਜੀ ਫੇਰ ਵਾਪਸ ਜਿਹੜਾ ਨਹੀਂ ਜੇਲ੍ਹ ਭੇਜ ਦਿੰਦੇ ਸਾਂ ਫੇਰ ਮੇਰੀ ਉਮਰ ਛੋਟੀ ਸੀ ਮੈਂ ਸਾਡੇ 14 ਸਾਲ ਦਾ ਸਾਂ ਜਿਸ ਟਾਈਮ ਡੰਕੀ ਲਗਾਈ ਸੀ ਤੇ ਫੇਰ ਜਿਹੜਾ ਨਹੀਂ ਮੈਨੂੰ ਛੱਡ ਦਿੰਦੇ ਸਨ ਜਿਹੜੇ ਵੱਡੇ ਹੁੰਦੇ ਸਨ ਉਹਨਾਂ ਨੂੰ 1 ਮਹੀਨਾ 2 ਮਹੀਨੇ ਜਿਹੜਾ ਨਹੀਂ ਸਜ਼ਾ ਦਿੰਦੇ ਸਨ ਉੱਥੇ ਡਾਕਟਰ ਉਹਨਾਂ ਨੂੰ ਵੀ 2 ਮਹੀਨੇ ਬਾਅਦ ਕਈਆਂ ਨੂੰ ਰਿਪੋਰਟ ਕਰ ਦਿੰਦੇ ਸਨ ਪਾਕਿਸਤਾਨ ਤੇ ਕਈਆਂ ਨੂੰ ਜਿਹੜਾ ਨਹੀਂ ਉੱਥੇ ਹੀ ਛੱਡ ਦਿੰਦੇ ਸਨ ਉਹ ਹੁੰਦਾ ਤੇ ਤਕਰੀਬਨ 5-6 ਦਿਨ ਦਾ ਜਿਹੜਾ ਨਹੀਂ ਜੈਂਟ ਜਿਹੜੇ ਨੇ ਇੰਜ ਦੱਸਦੇ ਨੇ ਲੇਕਿਨ ਮੈਨੂੰ ਲੱਗੇ ਸਨ 10 ਦਿਨ ਤੇ 1 ਰਾਤ ਸਾਰੇ ਦਸ ਦਿਨ ਲੱਗੇ ਸਾਨੂੰ ਤੱਕ ਇਟਲੀ ਪਹੁੰਚਦਿਆਂ ਤੇ ਨਾਰਮਲ ਜੀ ਕਸ਼ਤੀ ਹੁੰਦੀ ਜਿਹੜਾ ਨੇ ਛੋਟੀ ਜੀ ਉਸ ਦੇ ਵਿੱਚ 80-75 ਬੰਦੇ ਸਨ ਸਾਰੇ ਬੰਦੇ ਜਿਹੜਾ ਨਹੀਂ ਇੰਜ ਬਸ ਪੈਰਾਂ ਪਾਰ ਹੀ ਬੈਠ ਕੇ 10 ਦਿਨ ਦਾ ਸਫ਼ਰ ਕੀਤਾ ਸੀ ਖਾਣ ਪੀਣ ਕੁਝ ਵੀ ਨਹੀਂ ਨਰਾ ਬਸ ਪਾਣੀ ਜਿਹੜਾ ਨਹੀਂ ਲਬਾਤੀ ਹੋਰ ਕੁਝ ਨਹੀਂ ਹਾਂਜੀ ਕੁਝ ਨਹੀਂ ਮਿਲਿਆ ਜਿਹੜਾ ਨੀਰਾ ਪਾਣੀ ਪੀਂਦੇ ਰਹੇ ਹਾਂ ਬਸ ਹਾਂਜੀ ਬਹੁਤ ਜ਼ਿਆਦਾ ਬਿਮਾਰ ਸਾਰੇ ਬੰਦੇ तकरीबन ਬਿਮਾਰ ਹੋ ਗਏ ਸਾਨੂੰ ਵਿੱਚੀਆਂ ਉਲਟੀਆਂ ਆਉਣ ਲੱਗ ਜਾਂਦੀਆਂ ਨੇ ਸਭ ਨੂੰ ਜਿਹੜਾ ਨਹੀਂ ਹਾਂਜੀ ਮੈਂ ਵੀ ਬਿਮਾਰ ਹੋ ਗਿਆ ਸਾਡਾ ਜਿਹੜਾ ਨੇ तकरीबन ਇੰਟਰਨੈਸ਼ਨਲ ਪਾਣੀ ਆਂਦਾ ਯੂਨਾਨ ਤੋਂ ਅਗਲੀ ਸਾਈਡ ਉਹਦੇ ਵਿੱਚ ਜਿਹੜਾ ਨਹੀਂ ਸਾਡਾ ਸ਼ਿਪ ਖਰਾਬ ਹੋਇਆ ਸੀ ਤੇ ਫਿਰ ਉਹਨਾਂ ਨੇ ਪਾੜੀ ਦਾ ਨਾਮ ਲਾ ਕੇ 24 ਘੰਟੇ ਖਲਵਾਏ ਰੱਖਿਆ ship ਫਿਰ ਉਹਨਾਂ ਸਾਰਾ ਠੀਕ ਕਰਕੇ ਤੇ ਫਿਰ ਅੱਗੇ ਜਿਹੜਾ ਨਹੀਂ ਟੋੜਿਆ ਸੀ ਤਕਰੀਬਨ 5 6 ਦਿਨ ਲੱਗਦੇ ਨੇ ਇਟਲੀ ਪਹੁੰਚਦੇ ਆ ਸਾਨੂੰ 10 3 ਲੱਗਿਆ ਸਾਡੀ ਰੀ ਤੂਫਾਨ ਦੀ وجہ ਤੋਂ ਉੱਥੇ ਜੀ ਕਲਮਾ ਵੀ ਪੂਰਾ ਨਹੀਂ ਪੜੀਂਦਾ ਨੀਰਾ ਬਸ ਲਾ ਇਲਾ ਪੜੀ ਦਿੱਸੀ ਅੱਗੋਂ ਫਿਰ ਸ਼ੁਰੂ ਤੇ ਜਿਹੜਾ ਨਹੀਂ ਜਿਸ ਟਾਈਮ ਪਾਣੀ ਦੀ ਥਾਲ ਆਂਦੀ ਸੀ ਨਾ ਕਸ਼ਤੀ ਸਾਰੇ ਜਿਹੜਾ ਨੇ ਉਲਟ ਦਿੱਤੀ ਫਿਰ ਸ਼ੁਰੂ ਤੇ ਲੱਗ ਜਾਈਦਾ ਸੀ ਕਲਮਾ ਪੜਨ ਸੋਚਿਆ ਤੇ ਹੈ ਬਿਲਕੁਲ ਲੇਕਿਨ ਇੱਥੇ ਪਾਕਿਸਤਾਨ ਦਾ ਵੀ ਹਾਲਾਤ ਵੇਖ ਕੇ ਕਰੋ ਨਿਕਲੇ ਸਾਂ ਫਿਰ ਅੱਲਾਹ ਸਾਨੇ ਦਾ ਨ ਸਫਰ ਜਾਰੀ ਰੱਖਿਆ ਇਟਲੀ ਅਸੀਂ ਪਹੁੰਚਦੇ ਗਏ ਤੇ ਅੱਗੋਂ ਇਟਲੀ ਦੇ ਜਿਹੜਾ ਨਹੀਂ ਪਲੇਸ ਆ ਗਏ ਸੀ ਉਹਨਾਂ ਨੇ ਸਾਨੂੰ ਜਿਹੜਾ ਨਹੀਂ ਸਭ ਨੂੰ ਕੈਂਪ ਵਿੱਚ ਲੈ ਗਏ ਸਨ ਉੱਥੇ ਜਾ ਕੇ ਕਪੜਾ ਜੁੱਤੇ ਦਿੱਤਾ ਖਾਣ ਪੀਣ ਬਾਅਦ ਚ ਫਿਰ ਜਿਹੜੇ 18 ਸਾਲ ਤੋਂ ਛੋਟੀ ਏਜ ਵਾਲੇ ਸਨ ਉਹਨਾਂ ਨੂੰ ਛੋਟਿਆਂ ਵਾਲੇ ਕੈਂਪ ਚ ਭੇਜਿਆ ਜਿਹੜੇ ਵੱਡੇ ਸਨ ਉਹਨਾਂ ਨੂੰ ਵੱਡਿਆਂ ਵਾਲੇ ਕੈਂਪ ਵਿੱਚ ਮੈਨੂੰ ਉਹਨਾਂ ਨੇ ਜਿਹੜਾ ਨਹੀਂ ਉੱਥੇ ਕੈਂਪ ਵਿੱਚ ਰੱਖਿਆ 4 ਸਾਲ ਸਾਢੇ 3 ਸਾਲ ਕੈਂਪ ਵਿੱਚ ਰਿਹਾ ਅੱਛਾ ਤੇ ਉੱਥੇ ਮੈਂ ਪਹਿਲ ਪੜਦਾਰਿਆ ਫਿਰ ਉਸਦੀ ਲੈਂਗੁਏਜ ਜਿਹੜਾ ਨਹੀਂ ਸਿੱਖੀ ਉਸ ਤੋਂ ਬਾਅਦ ਮੈਨੂੰ ਫਿਰ ਉਹਨਾਂ ਨੇ ਉੱਥੋਂ ਦੇ ਡਾਕੂਮੈਂਟ ਦੇ ਦਿੱਤੇ ਸਾਨੂੰ ਇਟਲੀ ਦੇ ਉਨ ਉੱਥੇ ਮੈਂ ਫੈਕਟਰੀ ਵਿੱਚ ਕੰਮ ਕਰਦਾ ਲੱਕੜੀ ਦੀ ਫੈਕਟਰੀ ਮਾਸ਼ਾਅੱਲਾ ਬਹੁਤ ਚਾ ਜਿਹੜਾ ਨਹੀਂ ਨਿਜ਼ਾਮ ਚੱਲ ਰਿਹਾ ਬਾਤ ਜਿਹੜਾ ਨਹੀਂ ਬਿਲਕੁਲ ਲੈਣਾ ਵੀ ਚਾਹੀਦਾ ਨਹੀਂ ਵੀ ਲੈਣਾ ਚਾਹੀਦਾ ਜਿਹੜੇ ਇੱਥੇ ਕਿਉਂਕਿ ਪਾਕਿਸਤਾਨ ਦੇ ਵਿੱਚ ਰੋਜ਼ਗਾਰ ਕੋਈ ਨਹੀਂ ਹਾਲਾਤ ਬਹੁਤ ਖਰਾਬ ਨੇ ਤੇ ਇੱਥੇ ਜਿਹੜਾ ਨਹੀਂ ਕੋਈ ਫਾਇਦਾ ਨਹੀਂ ਰਹਿਣ ਦਾ ਬਿਲਕੁਲ اللہ تھانے دن ہم لے کے جڑا نے چانس لے لانا چاہیے ہاں جی میں غربت تنگ سی تहां ਜਿਹੜਾ ਨਹੀਂ ਮੈਂ ਗਿਆ ਸੀ ਮੇਰਾ ਉਸ ਟਾਈਮ 8 ਲੱਖ ਰੁਪਏ ਆਇਆ ਸੀ اچھا پاکستان ਤੋਂ لاکیٹ ਲਈ ਤੱਕ ਲੱਗ ਰਿਹਾ 8 18 ਲੱਖ ਰੁਪਏ ਉਹਦਾ ਵੀ ਖਰਚਾ तकरीबन 20 ਲੱਖ ਰੁਪਏ ਆਉਂਦਾ ਬਰਾ ਲੋਦਾ ਵੀਜ਼ਾ ਹੀ ਨਹੀਂ ਮਿਲਦਾ ਹੈ ਢੀ ਜਲਦੀ ਬਿਹਤਰ ਹੈ ਇਹ ਡੰਕੀ ਲਾਓ ਸਾਰੇ ہاں جی ਬਿਲਕੁਲ ਅੱਗੇ ਜਿਹੜਾ ਨਹੀਂ ਸਾਰੇ ਲੱਗਦੇ ਲਗੇਦੇ ਸਨ ਜਿਹੜੇ ਯਾਰ ਦੋਸਤ ਅੱਗੇ ਪਿੱਛੇ ਸਾਰੇ ਜਿਹੜਾ ਨਹੀਂ گریب بندہ سمجھ کے سی نیڑے لگ لگتے تے ہون ماشاءاللہ آیا تے سارے بڑی عزت دین جی پیار نر مل دینے سارے بہت مشکل سفر تھی بات اللہ پاک دی ذات جن جڑا نہیں کامیاب کی